ਫਨੀ ਮਨੀ। ਇਹਦੇ ਵਾਸਤੇ ਤੁਹਾਨੂੰ ਚਾਹੀਦਾ ਇੱਕ ਐਲਮੀਨੀਅਮ ਦਾ ਹੈਂਗਰ ਔਰ ਇੱਕ 5 ਰੁਪਏ ਦਾ ਸਿੱਕਾ। ਹੈਂਗਰ ਨੂੰ ਹੂਕ ਤੋਂ ਅਤੇ ਥੱਲੋਂ ਵਿਚਕਾਰੋਂ ਪਕੜ ਕੇ ਖਿੱਚੋ ਅਤੇ ਇਹ ਡਾਇਮੰਡ ਦੇ ਆਕਾਰ ਦਾ ਹੋ ਜਾਏਗਾ। ਹੁਣ ਇਹਨੂੰ ਪੁੱਠਾ ਕਰ ਦਿਓ ਤਾਂ ਜੇ ਹੁੱਕ ਥੱਲਵੇਂ ਪਾਸੇ ਆ ਜਾਏ। ਹੁੱਕ ਦੀ ਨੋਕ ਦੇ ਵਿਚਕਾਰ ਆਰਾਮ ਨਾਲ 5 ਰੁਪਏ ਦਾ ਸਿੱਕਾ ਰੱਖ ਦਿਓ। ਇਹ ਕੋਈ ਜਾਦੂ ਦਾ ਖੇਲ ਨਹੀਂ ਹੈ। ਧਿਆਨ ਰਹੇ ਕਿ ਕੋਈ ਗੋਂਦ ਨਹੀਂ ਲਗਾਈ ਗਈ ਔਰ ਨਾ ਹੀ ਕੋਈ ਮਕਨਾਤੀਸ ਹੈ। ਹੁਣ ਆਪਣੀ ਪਹਿਲੀ ਉਂਗਲੀ 'ਤੇ ਹੈਂਗਰ ਨੂੰ ਲਟਕਾ ਦਿਓ ਅਤੇ ਪਹਿਲੇ ਆਹਿਸਤਾ ਆਹਿਸਤਾ ਖੱਬੇ ਸੱਜੇ ਹਿਲਾਓ ਅਤੇ ਫਿਰ ਜ਼ੋਰ ਦੀ ਗੋਲ ਗੋਲ ਘੁਮਾਓ। ਹੁਣ ਘੁਮਾਉਂਦਿਆਂ ਘੁਮਾਉਂਦਿਆਂ ਆਹਿਸਤਾ ਆਹਿਸਤਾ ਆਪਣੀ ਉਂਗਲੀ ਨੂੰ ਅਸਮਾਨ ਦੀ ਤਰਫ ਕਰ ਦਿਓ। ਸਾਡੀ ਧਰਤੀ ਵੀ ਸੂਰਜ ਦੇ ਚਾਰੋਂ ਤਰਫ ਇਸੀ ਤਰ੍ਹਾਂ ਘੁੰਮਦੀ ਹੈ ਪਰ ਉਹਦੇ ਉੱਤੇ ਗਿਰਦੀ ਨਹੀਂ। ਇਹ ਸੈਂਟਰੀਫਿਊਗਲ ਫੋਰਸ ਕਰਕੇ ਹੁੰਦਾ ਹੈ। ਹੁਣ ਥੋੜ੍ਹੀ ਦੇਰ ਘੁਮਾ ਕੇ ਵਾਪਸ ਉਂਗਲੀ ਥੱਲੇ ਲਿਆਓ ਔਰ ਰੁਕ ਜਾਓ। ਸਿੱਕਾ ਆਪਣੀ ਜਗ੍ਹਾ 'ਤੇ ਬਰਾਬਰ ਟਿੱਕਿਆ ਹੋਇਆ ਹੈ। ਹੁਣ ਤੁਸੀਂ ਉਹਨੂੰ ਕੱਢ ਸਕਦੇ ਹੋ। ਇਹ ਬਹੁਤ ਹੀ ਖੂਬਸੂਰਤ ਗ੍ਰਾਫਿਕ ਪ੍ਰਦਰਸ਼ਨ ਹੈ।